ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਜੋ ਅਸੀਂ ਤਿਆਰ ਕੀਤਾ, ਨਾਇਰਾ ਕੱਟ ਇੱਕ ਸੂਟ ਬਣਾਇਆ, ਤਾਂ ਉਹਦਾ ਡਿਜ਼ਾਈਨ ਤੁਹਾਨੂੰ ਦਿਖਾਉਣਾ ਚਾਹੁੰਦਾ। ਅਗਰ ਤੁਸੀਂ ਆਪਣੇ ਘਰਾਂ ਦੇ ਵਿੱਚ ਸਟਿਚਿੰਗ ਕਰਦੇ ਹੋ ਜਾਂ ਆਪਣਾ ਬੁਟੀਕ ਚਲਾਉਂਦੇ ਹੋ, ਤਾਂ ਤੁਸੀਂ ਵੀ ਇਦਾਂ ਦੇ ਡਿਜ਼ਾਈਨ ਆਪਣੇ ਘਰ ਦੇ ਵਿੱਚ ਬਣਾ ਸਕਦੇ ਹੋ। ਔਰ ਐਜ਼ ਅ ਕਸਟਮਰ ਅਗਰ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ, ਤਾਂ ਸਾਨੂੰ ਤੁਸੀਂ ਆਰਡਰ ਵੀ ਕਰ ਸਕਦੇ ਹੋ ਔਨਲਾਈਨ। ਵਰਲਡ ਵਾਈਡ ਅਸੀਂ ਸ਼ਿਪਿੰਗ ਕਰਦੇ ਹਾਂ। ਤਾਂ ਦੇਖੋ ਜੀ, ਇਹ ਹੈ ਡਿਜ਼ਾਈਨ, ਇਹ ਸੂਟ ਸਾਡੇ ਕੋਲ। ਜਿਹੜੇ ਕਸਟਮਰ ਬਿਲਕੁਲ ਪਲੇਨ ਜਿਹੜਾ ਪ੍ਰਿੰਟਡ ਫੈਬਰਿਕ ਲੈ ਕੇ ਆਇਆ ਸੀ, ਤਾਂ ਉਹ ਚਾਹੁੰਦਾ ਸੀਗਾ ਕਿ ਕੋਈ ਡਿਜ਼ਾਈਨਰ ਪੀਸ ਉਹਨੂੰ ਅਸੀਂ ਬਣਾ ਕੇ ਦਈਏ, ਤਾਂ ਉਹਨੂੰ ਅਸੀਂ ਇਹ ਨਾਇਰਾ ਕੱਟ ਦੇ ਵਿੱਚ ਸੂਟ ਬਣਾ ਕੇ ਦਿੱਤਾ। ਤਾਂ ਉਹਦੇ ਉੱਪਰ ਲੇਸ ਵਰਕ ਕੀਤਾ, ਦੇਖੋ ਨੈਕ ਦੇ ਉੱਤੇ ਲੇਸ ਵਰਕ ਕੀਤਾ, ਫਿਰ ਨੀਚੇ ਫਰੋਕ ਦੇ ਉੱਪਰ ਲੇਸ ਵਰਕ ਹੈ। ਬਿਲਕੁਲ ਇਹ ਸਿੰਪਲ ਜਿਹੜਾ ਫੈਬਰਿਕ ਸੀਗਾ, ਤਾਂ ਉਹਨੂੰ ਅਸੀਂ ਲੇਸ ਵਰਕ ਕਰਕੇ ਹਾਈਲਾਈਟ ਕੀਤਾ। ਨੀਚੇ ਘੇਰੇ ਦੇ ਉੱਤੇ ਬਹੁਤ ਹੀ ਸੋਹਣਾ ਅਸੀਂ 3 ਲੇਸਿਸ ਲਗਾ ਕੇ ਲੇਸ ਵਰਕ ਕਰਕੇ ਉਹਨੂੰ ਬਹੁਤ ਹੀ ਸੋਹਣਾ ਜਿਹਾ ਬਣਾਇਆ ਪੀਸ। ਤਾਂ ਅਗਰ ਇਹਦੇ ਅਸੀਂ ਨੈਕ ਦੀ ਗੱਲ ਕਰੀਏ, ਤਾਂ ਨੈਕ ਅਸੀਂ ਸਵੀਟ ਹਾਰਟ ਇਹਦੀ ਨੈਕ ਲਾਈਨ ਬਣਾਈ ਹੈ, ਬਟ ਉਹਨੂੰ ਲੇਸ ਲਗਾ ਕੇ ਹਾਈਲਾਈਟ ਕੀਤਾ। ਔਰ ਸਲੀਵਸ ਅਗਰ ਦੇਖੀਏ, ਤਾਂ ਸਲੀਵਸ ਬਿਲਕੁਲ ਸਟ੍ਰੇਟ ਸਲੀਵਸ ਹੈ, ਪਿੰਟਕਸ ਪਾ ਕੇ। ਜਿਹੜਾ ਲੋਅਰ ਦਾ ਕੱਪੜਾ, ਜਿਹੜਾ ਸਲਵਾਰ ਦਾ ਕੱਪੜਾ ਸੀ, ਉਹ ਅਸੀਂ ਇੱਥੇ ਐਡ ਕਰਕੇ ਇਹਦੀ ਡਿਜ਼ਾਈਨਿੰਗ ਕੀਤੀ। ਨਾਇਰਾ ਕੱਟ ਸੂਟ ਇਹਨੂੰ ਬੋਲਦੇ ਆ, ਔਰ ਇਹਦੇ ਸਾਈਡ ਤੇ ਇਹ ਫਰੋਕ ਸਟਾਈਲ ਹੁੰਦਾ, ਬਟ ਇਹਦੇ 'ਚ ਕੱਟ ਹੁੰਦਾ, ਤਾਂ ਇਹ ਬਹੁਤ ਹੀ ਕੰਫਰਟੇਬਲ ਵੀ ਰਹਿੰਦਾ। ਸੋ ਇਹ ਸੀ ਸ਼ਰਟ, ਤਾਂ ਇਹਦੇ ਨਾਲ ਲੋਅਰ ਜਿਹੜੀ ਅਸੀਂ ਤਿਆਰ ਕੀਤੀ ਹੈ, ਉਹ ਹੈ ਜੀ ਸਟ੍ਰੇਟ ਸਲਵਾਰ। ਸਲਵਾਰ ਦੇ ਜਿਹੜੇ ਹੈਮ ਹੈ ਉਹਨੂੰ ਅਸੀਂ ਡਿਜ਼ਾਈਨਿੰਗ ਕੀਤੀ ਹੈ ਲੇਸ ਵਰਕ ਦੇ ਨਾਲ, ਫੁੱਲੀ ਇਲਾਸਟੀਕੇਟਡ ਇਹਦੀ ਸਲਵਾਰ ਜਿਹੜੀ ਹੈ ਸਾਨੂੰ ਕਸਟਮਰ ਨੇ ਦੀ ਡਿਮਾਂਡ ਤੇ ਅਸੀਂ ਤਿਆਰ ਕੀਤੀ ਹੈ। ਤਾਂ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਡਿਜ਼ਾਈਨ ਕਰਵਾ ਸਕਦੇ ਹੋ, ਬਣਵਾ ਸਕਦੇ ਹੋ। ਸਾਡੇ ਹੋਰ ਵੀ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓਜ਼ ਨੂੰ ਦੇਖੋ। ਅਗਰ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ, ਤਾਂ ਤੁਸੀਂ ਸਾਨੂੰ ਔਨਲਾਈਨ ਆਰਡਰ ਕਰ ਸਕਦੇ ਹੋ। ਬਹੁਤ ਹੀ ਜਿਹੜੇ ਰੀਜ਼ਨੇਬਲ ਰੇਟਾਂ ਤੇ ਅਸੀਂ ਤੁਹਾਨੂੰ ਸੂਟ ਬਣਾ ਕੇ ਦੇਵਾਂਗੇ, ਔਰ ਵਰਲਡ ਵਾਈਡ ਸਾਡੀ ਡਿਲੀਵਰੀ ਹੈ। ਥੈਂਕ ਯੂ।